విద్యార్థిਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਅਭਿਆਸ 1.3 ਐਕਸਰਸਾਈਜ਼ 1.3 ਦਾ ਚੌਥਾ ਕੁਐਸਚਨ ਕਰਨ ਜਾ ਰਹੇ ਹਾਂ ਜੀ ਤੇ ਇਸ ਨੂੰ ਇੰਗਲਿਸ਼ ਅਤੇ ਪੰਜਾਬੀ ਦੋਨੋਂ ਹੀ ਮੀਡੀਅਮ ਵਿੱਚ ਆਪਾਂ ਸੋਲਵ ਕਰਾਂਗੇ ਜੀ ਤੇ ਕੁਐਸਚਨ ਦੀ ਸਟੇਟਮੈਂਟ ਇੰਗਲਿਸ਼ ਵਿੱਚ ਆਪਣੇ ਕੋ ਇਸ ਤਰ੍ਹਾਂ ਹੈ ਜੀ ਰਾਈਟ ਦਾ ਰੈਸੀਪ੍ਰੋਕਲ ਆਫ ਈਚ ਆਫ ਦਾ ਫਾਲੋਇੰਗ ਹੇਠਾਂ ਦਿੱਤਿਆਂ ਵਿੱਚੋਂ ਹਰੇਕ ਦਾ ਗੁਣਾਤਮਕ ਉਲਟ ਲਿਖੋ ਪੰਜਾਬੀ ਵਿੱਚ ਉਸ ਨੂੰ ਗੁਣਾਤਮਕ ਉਲਟ ਕਹਿੰਦੇ ਨੇ ਹਨ ਤੇ ਇੰਗਲਿਸ਼ ਵਿੱਚ ਉਸ ਨੂੰ ਕਿਹਾ ਜਾਂਦਾ ਹੈ ਜੀ ਰੈਸੀਪਰੋਕ ਉਲਟਾ ਕਰਨਾ ਤੇ ਇਹ ਦੇਖੋ نیچے ਆਪਣੇ ਕੋ 8 ਇਸ ਦੇ 파ਟ ਦਿੱਤੇ ਹੋਏ ਹਨ ਇਹ 8 ਦੇ 8 파ਟ ਆਪਾਂ ਅੱਜ ਦੀ ਵੀਡੀਓ ਵਿੱਚ ਸੋਲਵ ਕਰਾਂਗੇ ਤੇ ਸਾਰੇਆਂ ਦਾ ਆਪਾਂ ਕੀ ਪਤਾ ਕਰਨਾ ਹੈ ਗੁਣਾਤਮਕ ਉਲਟ ਤੇ ਜਾਂ ਉਸ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਹਨ ਰੈਸੀਪਰੋਕ ਤੇ ਆਪਾਂ ਦੇਖਦੇ ਹਾਂ ਕਿ ਸਿੱਖਦੇ ਹਾਂ ਕਿ ਰੈਸੀਪਰੋਕਲ ਆਪਾਂ ਕਿਸ ਤਰ੍ਹਾਂ ਪਤਾ ਕਰਨੀ ਹੁੰਦੀ ਹੈ ਜੀ ਕਿਸੇ ਵੀ ਨੰਬਰ ਦਾ ਆਪਾਂ ਰੈਸੀਪਰੋਕਲ ਕਿਸ ਤਰ੍ਹਾਂ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ ਜੋ ਨੰਬਰ ਆਪਾਂ ਨੂੰ ਬਟਿਆਂ ਵਿੱਚ ਦਿੱਤਾ ਹੋਏਗਾ ਮੰਨ ਲਓ ਕਿ ਬਟਿਆਂ ਵਿੱਚ ਲਿਖਿਆ ਹੋਇਆ ਹੈ a/b ਇੱਥੇ a ਤੇ b ਕੋਈ ਵੀ ਨੰਬਰ ਹੋ ਸਕਦੇ ਹਨ ਜਿਦਾਂ ਇੱਥੇ ਦੇਖੋ ਘਟਾਓ ਦਾ 5/8 ਹੈ ਉੱਪਰ ਵਾਲਾ ਨੰਬਰ ਆਪਾਂ a ਮੰਨ ਲਿਆ ਤੇ نیچے ਵਾਲਾ ਨੰਬਰ ਆਪਾਂ b ਮੰਨ ਲਿਆ ਹੈ ਹਜੇ ਮੈਂ ਤੁਹਾਨੂੰ ਜਨਰਲੀ ਕਰਵਾ ਰਿਹਾ ਕਿ ਆਪਾਂ ਕਿਸੇ ਵੀ ਨੰਬਰ ਦਾ ਜੋ ਗੁਣਾਤਮਕ ਉਲਟ ਹੈ ਰੈਸੀਪਰੋਕਲ ਆ ਕਿਸ ਤਰ੍ਹਾਂ ਪਤਾ ਕਰਨਾ ਹੁੰਦਾ ਹੈ ਜੀ ਜੋ ਵੀ ਆਪਾਂ ਨੂੰ ਰਕਮ ਦਿੱਤੀ ਹੋਈ ਹੈ ਜਿਸ ਤਰ੍ਹਾਂ ਇੱਥੇ a/b ਹੈ ਤੇ ਇਸ ਦਾ ਗੁਣਾਤਮਕ ਉਲਟ ਜਾਂ ਰੈਸੀਪਰੋਕਲ ਕੀ ਹੁੰਦਾ ਹੈ ਰਕਮਾਂ ਨੂੰ ਨੰਬਰਾਂ ਨੂੰ ਆਪਾਂ ਪਲਟਾ ਦੇਣਾ ਹੈ ਉੱਪਰ ਵਾਲਾ ਨੰਬਰ نیچے ਆ ਜਾਏਗਾ نیچے ਵਾਲਾ ਨੰਬਰ ਉੱਪਰ ਚਲ ਜਾਏਗਾ ਤੇ ਇਹਦਾ ਜੋ ਗੁਣਾਤਮਕ ਉਲਟ ਹੈ ਰੈਸੀਪਰੋਕਲ ਹੈ ਉਹ ਆ ਜਾਏਗਾ b/a ਆ ਜਾਏਗਾ ਜੀ ਧਿਆਨ ਨਾਲ ਦੇਖੋ ਜੋ ਨੀਚੇ ਵਾਲਾ ਨੰਬਰ ਹੈ ਉਹ ਉੱਪਰ ਚਲ ਜਾਏਗਾ ਤੇ ਉੱਪਰ ਵਾਲਾ ਜੋ ਨੰਬਰ ਹੈ ਉਹ ਘੁੰਮ ਕੇ نیچے ਆ ਜਾਏਗਾ ਤੇ ਇਸ ਤਰ੍ਹਾਂ ਜੋ ਨਵਾਂ ਨੰਬਰ ਆਪਣੇ ਕੋ ਬਣੇਗਾ ਉੱਪਰ ਵਾਲੇ ਨੰਬਰ ਨੂੰ نیچے ਲਿਖ ਦੇਣਾ ਹੈ ਨੀਚੇ ਵਾਲੇ ਨੰਬਰ ਨੂੰ ਉੱਪਰ ਲਿਖ ਦੇਣਾ ਹੈ ਤੇ ਇਸ ਤਰ੍ਹਾਂ ਜੋ ਨਵਾਂ ਨੰਬਰ ਆਪਣੇ ਕੋ ਬਣੇਗਾ ਉਹ ਪੁਰਾਣੇ ਨੰਬਰ ਦਾ ਕੀ ਹੁੰਦਾ ਹੈ ਗੁਣਾਤਮਕ ਉਲਟ ਹੁੰਦਾ ਹੈ ਜਾਂ ਰੈਸੀਪਰੋਕਲ ਹੁੰਦਾ ਹੈ ਜੀ ਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਾਂਗੇ ਜੀ ਤੇ ਦੇਖੋ ਸੋਣ ਪਹਿਲੇ ਕੁਐਸਚਨ ਦੇ ਵਿੱਚ ਸਿਰਫ ਆਪਾਂ ਨੂੰ ਘਟਾਓ ਦੋ ਦਿੱਤਾ ਹੋਇਆ ਹੈ ਤੇ ਇਸ ਨੂੰ ਬਟਿਆਂ ਵਿੱਚ ਕਿਦਾਂ ਕਨਵਰਟ ਕਰਨਾ ਹੈ ਆਪਾਂ ਇਸ ਨੂੰ ਘਟਾਓ 2 1 ਲਿਖ ਲੈਣਾ ਹੈ ਕਿਉਂਕਿ ਜੇ ਇਕੱਲਾ ਨੰਬਰ ਹੋਵੇ ਤਾਂ ਉਸ ਦੇ ਬਟਾ ਆਪਾਂ 1 ਲਿਖ ਸਕਦੇ ਹਾਂ ਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਤੇ ਆਸਟੋਨ ਪਹਿਲਾ ਕੁਐਸਚਨ ਦੇਖਦੇ ਹਾਂ ਜੀ ਪਹਿਲਾ ਹੈ ਆਪਣੇ ਕੋ ਘਟਾਓ 2 ਤੇ ਪਹਿਲਾਂ ਆਪਾਂ ਇਸ ਨੂੰ ਬਟਿਆਂ ਵਿੱਚ ਲਿਖ ਲੈਣਾ ਹੈ ਘਟਾਓ 2 ਦੇ ਬਟਾ ਆਪਾਂ 1 ਲਿਖ ਦੇਣਾ ਹੈ तो ये देखो घटाओ दो दे बटा इस तरह एक लिख देना है तो हूँ पता करना इसका गुणात्मक उल्टे तुम दसिया है गुणात्मक उल्ट आप तरह पता करना होंगे है जो उपर वाला नंबर है वह नीचे आ जाएगा तो नीचे वाला नंबर उपर कर देना है जी आप देखो अपने को नीचे अपने को एक है एक अपने को उपर चल जाएगा तो उपर अपने को है घटाओ का दोाओ का दो अपने को नीचे आ जाएगा ते ते तो इसका अपने को आंसर आ गया है एक बटा घटाओ दो तो तरह इंग्लिश आप लिखा जी रैसी प्रोकल ऑफ माइनस दो घटाओ दो का रैसी प्रोकल तो उस तरह पहले आप आपते बटा एक लिख लेना है हूँ रैसी प्रोकल किस तरह करना है वाला नंबर नीचे नीचे वाला नंबर उपर नंबर आप पलटा देना है तो पलटा के देखो कि आएगा जो नीचे वाला नंबर है एक उसू उ लिख देना है जो ऊपर वाला नंबर है घटाओ दो वो अपने को नीचे आ जाएगा जी ਤੇ ਇਸ ਨੂੰ ਆਪਣੇ ਕੋਈ ਸਦਾ ਗਿਆ ਹੈ ਜੀ ਗੁਣਾਤਮਕ ਉਲਟ ਤੇ ਹੁਣ ਸੁਣ ਦੇਖੋ ਬੁੱਕ ਦੇ ਵਿੱਚ ਜੋ ਆਪਣੇ ਕੋ ਅਨਸਰ ਦਿੱਤਾ ਹੋਇਆ ਹੈ ਉਹ ਤੁਸੀਂ ਦੇਖੋਗੇ ਤੇ ਬੁੱਕ ਦੇ ਵਿੱਚ ਆਪਣੇ ਕੋ ਅਨਸਰ ਇਸ ਤਰ੍ਹਾਂ ਲਿਖਿਆ ਹੋਇਆ ਹੈ ਘਟਾਓ ਦਾ 1/2 ਇਟ ਮੀਨ ਉਹਨਾਂ ਨੇ ਜੋ نیچے ਹੈ ਉਹ ਘਟਾਓ ਨਹੀਂ ਲਾਇਆ ਤੇ ਘਟਾਓ ਕਿੱਥੇ ਲਗਾ ਦਿੱਤਾ ਹੈ ਉੱਪਰ ਲਗਾਤਾ ਹੈ ਤੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਜੇਕਰ ਆਪਣੇ ਕੋ ਨੀਚੇ ਘਟਾਓ ਹੋਵੇ ਤਾਂ ਘਟਾਓ ਨੂੰ ਆਪਾਂ ਉੱਪਰ ਲੈ ਜਾ ਸਕਦੇ ਹਾਂ ਇਟ ਮੀਨ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖੋਗੇ ਤਾਂ ਹੀ ਤੁਹਾਡਾ ਆਨਸਰ ਬਿਲਕੁਲ ਸਹੀ ਹੋਏਗਾ ਨੰਬਰ ਨਹੀਂ ਕੱਟੇ ਜਾਣਗੇ ਤੇ ਜਾਂ ਜੇ ਤੁਸੀਂ نیچے ਵਾਲਾ ਜੋ ਘਟਾਓ ਦਾ ਸਾਈਨ ਹੈ ਉਸ ਨੂੰ ਉੱਪਰ ਵੀ ਲਿਖ ਦੋਗੇ ਤਾਂ ਹੀ ਤੁਹਾਨੂੰ ਪੂਰੇ ਨੰਬਰ ਮਿਲਣਗੇ ਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਘਟਾਓ ਦਾ ਜੋ نیچے ਨੰਬਰ ਸਾਈਨ ਹੈ ਉਸ ਨੂੰ ਤੁਸੀਂ ਉੱਪਰ ਵੀ ਲਿਖ ਸਕਦੇ ਹੋ ਉੱਪਰ ਲੈ ਜਾਣਾ ਹੈ ਤੇ ਇਸ ਤਰ੍ਹਾਂ ਤੁਹਾਡਾ ਇਹ ਵਾਲਾ ਆਨਸਰ ਬਣ ਜਾਏਗਾ ਤੇ ਜੇਕਰ ਤੁਸੀਂ ਇਹ ਵਾਲਾ ਆਨਸਰ ਨਹੀਂ ਵੀ ਲਿਖਦੇ ਜੇਕਰ ਤੁਸੀਂ ਸਿਰਫ ਆ ਜੋ ਗ੍ਰੀਨ ਪੈਨ ਵਾਲਾ ਆਨਸਰ ਹੀ ਲਿਖ ਦੋਗੇ ਇੱਕ ਉੱਪਰ ਲਿਖ ਦੋਗੇ ਤੇ ਘਟਾਓ ਦੋ نیچے ਤਾਂ ਵੀ ਤੁਹਾਡਾ ਆਨਸਰ ਬਿਲਕੁਲ ਸਹੀ ਮੰਨਿਆ ਜਾਏਗਾ ਤੁਹਾਡੇ ਕਿਸੇ ਤਰ੍ਹਾਂ ਦੇ ਵੀ ਨੰਬਰ ਕੱਟੇ ਨਹੀਂ ਜਾਣਗੇ ਜੀ ਤੇ ਆ ਹੁਣ ਆਪਾਂ ਦੂਸਰਾ ਕੁਐਸਚਨ ਸਟਾਰਟ ਕਰਦੇ ਹਾਂ ਜੀ ਜਿਸ ਨੂੰ ਸੈਕੰਡ ਹੱਫ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਘਟਾਓ ਦਾ 5/8 ਹੈ ਇਸ ਦਾ ਪਹਿਲਾਂ ਆਪਾਂ ਦੇਖੋ ਪੰਜਾਬੀ ਵਿੱਚ ਲਿਖਦੇ ਹਾਂ ਗੁਣਾਤਮਕ ਉਲਟ ਕਿਸ ਤਰ੍ਹਾਂ ਪਤਾ ਕਰਨਾ ਹੈ ਜੀ ਗੁਣਾਤਮਕ ਉਲਟ ਰਕਮ ਨੂੰ ਪਲਟਾ ਦੇਣਾ ਹੈ نیچے 8 ਹੈ 8 ਉੱਪਰ ਚਲ ਜਾਏਗਾ ਤੇ ਜੋ ਉੱਪਰ ਵਾਲਾ ਨੰਬਰ ਹੈ ਘਟਾਓ 5 ਉਸ ਨੂੰ ਆਪਾਂ نیچے ਲਿਖ ਦੇਣਾ ਹੈ 8/ ਘਟਾਓ 5 ਤੇ ਇਸ ਤਰ੍ਹਾਂ ਇੰਗਲਿਸ਼ ਵਾਲੇ ਬੱਚਿਆਂ ਨੂੰ ਲਿਖਣਾ ਹੈ ਰੈਸਿਪਰੋਕਲ ਆਫ ਘਟਾਓ ਦਾ ਮਾਈਨਸ ਦਾ 5/8 ਇਸ ਦਾ ਰੈਸਿਪਰੋਕਲ ਕੀਤਾ ਜਾਏਗਾ نیچے ਵਾਲਾ ਨੰਬਰ ਉੱਪਰ ਲਿਖ ਦਾਂਗੇ ਤੇ ਉੱਪਰ ਵਾਲਾ ਨੰਬਰ نیچے ਲਿਖਿਆ ਜਾਏਗਾ ਫਿਰ ਉਸੇ ਤਰ੍ਹਾਂ ਮਾਈਨਸ ਹੈ ਮਾਈਨਸ ਨੂੰ نیچے ਲਿਖ ਦਿਓ ਚਾਹੀ ਉੱਪਰ ਲਿਖ ਦਿਓ ਉਹ ਤੁਹਾਡਾ ਬਿਲਕੁਲ ਆਨਸਰ ਸੇਮ ਹੀ ਰਹੇਗਾ ਇਸ ਲਈ ਤੁਸੀਂ ਮਾਈਨਸ ਨੂੰ نیچے ਤੋਂ ਉੱਪਰ ਵੀ ਲਿਖ ਸਕਦੇ ਹੋ ਨਹੀਂ ਤੇ ਤੁਸੀਂ ਇੰਨਾ ਵੀ ਲਿਖੋਗੇ ਤਾਂ ਤੁਹਾਨੂੰ ਪੂਰੇ ਨੰਬਰ ਮਿਲਣਗੇ ਜੀ ਤੇ ਆ ਹੁਣ ਆਪਾਂ ਅਗਲਾ ਕੁਐਸਚਨ ਸਟਾਰਟ ਕਰਦੇ ਹਾਂ ਜੀ ਨੈਕਸਟ ਪਾਰਟ ਆਪਣੇ ਕੋ ਹੈ ਜੀ 7/9 तो इसका गुणात्मक उल्ट फिर उस तरह देखो नीचे वाला नंबर उपर तो वाला नंबर नीचे नंबर पलटा देना है जी जो नीचे वाला नंबर है घटाओ लिख दिया जाएगा तो उपर वाले नंबर आप नीचे लिख देना है जी घटाओद नौ बटा सात इस तरह इस तरह भी रैसी प्रोकल ऑफ सैवन बाय माइनस नाइन इंग्लिश वाले बच्चों ने इस तरह लिखना है तो इसका आंसर की आएगा नीचे वाला नंबर उपर लिख देना है उपरवाला नंबर नीचे लिख देना है तो ये अपना इसका ਅਨਸਰ ਆ ਜਾਏਗਾ ਜੀ ਤੇ ਆ ਹੁਣ ਆਪਾਂ ਇਸ ਦਾ ਨੈਕਸਟ ਪਾਰਟ ਕਰਦੇ ਹਾਂ ਜੀ ਸੋ ਨੈਕਸਟ ਪਾਰਟ ਆਪਣੇ ਕਿਸ ਤਰ੍ਹਾਂ ਹੈ ਜੀ ਘਟਾਓ ਦਾ 3/4 ਹੈ ਇਸ ਦਾ ਪੰਜਾਬੀ ਵਾਲੇ ਬੱਚਿਆਂ ਨੇ ਇਸ ਤਰ੍ਹਾਂ ਲਿਖਣਾ ਹੈ ਗੁਣਾਟਮਕ ਉਲਟ ਤੇ ਸੇਮ ਉਸੇ ਤਰ੍ਹਾਂ ਉੱਪਰ ਵਾਲਾ ਨੰਬਰ نیچے ਤੇ نیچے ਵਾਲਾ ਨੰਬਰ ਉੱਪਰ نیچے 4 ਹੈ ਤੇ 4 ਨੂੰ ਉੱਪਰ ਲੈ ਜਾਣਾ ਹੈ ਉੱਪਰ ਘਟਾਓ ਦਾ 3 ਹੈ ਤੇ ਘਟਾਓ ਦਾ 3 ਆਪਾਂ نیچے ਲਿਖ ਦੇਣਾ ਹੈ ਤੇ ਇੰਗਲਿਸ਼ ਵਾਲੇ ਬੱਚਿਆਂ ਨੇ ਲਿਖਣਾ ਹੈ ਜੀ ਰੈਸੀਪਰੋਕਲ ਆਫ -3/4 ਇਹ ਆ ਜਾਏਗਾ 4 ओवर 3 4 बटा ਘਟਾਉ ਦ앗ੇ ਤੇ ਉਸੇ ਤਰ੍ਹਾਂ ਘਟਾਉ ਦੇ ਸਾਈਨ ਨੂੰ نیچے ਤੋਂ ਆਪਾਂ ਉੱਪਰ ਵੀ ਲਿਖ ਸਕਦੇ ਹਾਂ ਜੇਕਰ ਇੰਨਾ ਵੀ ਲਿਖੋਗੇ ਤੇ ਤੁਹਾਨੂੰ ਪੂਰੇ ਨੰਬਰ ਮਿਲਣਗੇ ਜੀ ਤੇ ਆ ਹੁਣ ਆਪਾਂ ਇਸ ਦਾ ਨੈਕਸਟ ਪਾਰਟ ਸੋਲਵ ਕਰਦੇ ਹਾਂ ਜੀ ਸੋ ਨੈਕਸਟ ਕੁਸਚਨ ਆਪਣਾ ਕਿਸ ਤਰ੍ਹਾਂ ਹੈ ਜੀ ਇਸ ਵਿੱਚ ਆਪਾਂ ਨੂੰ ਦੋ ਨੰਬਰ ਦੇ ਦਿੱਤੇ ਹਨ ਗੁਣਾ ਦੇ ਵਿੱਚ ਪਹਿਲਾ ਨੰਬਰ ਹੈ 2/7 ਫਿਰ ਗੁਣਾ ਪਾ ਕੇ ਘਟਾਓ ਦਾ 3/15 ਤੇ ਆਪਾਂ ਇਸਦਾ ਪਤਾ ਕਰਨਾ ਹੈ ਗੁਣਾਤਮਕ ਉਲਟ ਪੰਜਾਬੀ ਵਾਲੇ ਬੱਚਿਆਂ ਲਈ ਲਿਖਣਾ ਹੈ ਗੁਣਾਤਮਕ ਉਲਟ ਤੇ ਇੰਗਲਿਸ਼ ਵਾਲੇ ਬੱਚਿਆਂ ਲਈ ਲਿਖ ਲੈਣਾ ਹੈ ਜੀ ਰੈਸੀ ਬਰੋਕਰ ਤੇ ਬਰਾਬਰ ਦਾ ਸਾਈਨ ਪਾ ਕੇ ਦੇਖੋ ਹੁਣ ਕੀ ਕਰਨਾ ਹੈ ਪਹਿਲਾਂ ਪਹਿਲੇ ਨੰਬਰ ਨੂੰ ਉਲਟਾ ਕਰੋ 2/7 ਹੈ ਇਸਦਾ ਆ ਜਾਏਗਾ 7/2 ਪਲਟਾ ਦੇਣਾ ਹੈ ਨੰਬਰਾਂ ਨੂੰ نیچے ਵਾਲਾ ਨੰਬਰ ਉੱਪਰ ਤੇ ਉੱਪਰ ਵਾਲਾ ਨੰਬਰ نیچے ਗੁਣਾ ਦਾ ਸਾਈਨ ਹੈ ਇਸੇ ਤਰ੍ਹਾਂ ਵਿੱਚ ਆ ਜਾਏਗਾ ਹੁਣ ਫੇਰ ਨੰਬਰਾਂ ਨੂੰ ਪਲਟਾ ਦਿਓ ਜੀ ਤੇ ਇਹ ਦੇਖੋ ਉੱਪਰ ਵਾਲਾ ਘਟਾਓ 3 ਹੈ ਉਹ نیچے ਚਲ ਜਾਏਗਾ ਘਟਾਓ ਦਾ 3 ਤੇ ਜੋ 15 ਹੈ 15 ਆਪਣੇ ਕੋ ਉੱਪਰ ਚਲ ਜਾਏਗਾ ਤੇ ਹੁਣ ਦੇਖੋ ਇਸ ਨੂੰ ਆਪਾਂ ਸੋਲਵ ਕਿਸ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਗੁਣਾ ਦੇ ਸਵਾਲ ਕਰਦੇ ਸੀ ਦੋ ਨੰਬਰਾਂ ਦੇ ਵਿੱਚ ਗੁਣਾ ਹੈ ਤੇ ਕੀ ਕਰਨਾ ਹੁੰਦਾ ਹੈ ਇਸ ਤਰ੍ਹਾਂ ਇੱਕ ਸੈਂਟਰ ਵਿੱਚ ਵੱਡੀ ਲਾਈਨ ਲਿਖ ਲੈਣੀ ਹੈ ਜੀ ਉੱਪਰ ਵਾਲੇ ਨੰਬਰ ਉੱਪਰ ਲਿਖ ਦੇਣੇ ਹਨ ਗੁਣਾ ਕਰਕੇ ਦੇਖੋ 7 ਗੁਣਾ 15 ਤੇ نیچے ਵਾਲੇ ਨੰਬਰ ਨੂੰ نیچے ਲਿਖ ਲੈਣਾ ਹੈ 2 ਅਤੇ 3 ਹੈ 3 ਘਟਾਓ ਦਾ ਹੈ ਤਾਂ ਆਪਾਂ ਘਟਾਓ ਦੇ ਸਾਈਨ ਨੂੰ ਥੋੜਾ ਅੱਗੇ ਲਿਖ ਲੈਣਾ ਹੈ ਤੇ 2 ਗੁਣਾ 3 ਤੇ ਹੁਣ ਆਪਾਂ ਦੇਖਣੀ ਹੈ ਕਿ ਉੱਪਰ-ਨੀਚੇ ਜੇ ਕਟਿੰਗ ਹੁੰਦੀ ਹੈ ਤਾਂ ਆਪਾਂ ਕਟਿੰਗ ਕਰ ਸਕਦੇ ਹਾਂ ਇੱਥੇ ਦੇਖੋ ਆਪਣੇ ਕੋ ਜੋ 3 ਦੇ پہاੜੇ ਵਿੱਚ 3 ਦੇ پہاੜੇ ਵਿੱਚ 15 ਕੱਟਿਆ ਜਾਏਗਾ ਉਹ ਕਿਸ ਤਰ੍ਹਾਂ ਦੇਖੋ ਧਿਆਨ ਨਾਲ ਜੀ ਆਪਾਂ 3 ਦਾ پہاੜਾ ਲਿਖਦੇ ਹਾਂ 3 1 3 3 2 6 3 3 ਨੋ 3 ਚੋਕੇ 12 ਤੇ 3 ਪੰਜੇ 15 ਤੇ ਧਿਆਨ ਨਾਲ ਦੇਖੋ ਇੱਥੇ 15 ਆ ਜਾਏਗਾ ਇੱਥੇ ਧਿਆਨ ਨਾਲ ਦੇਖੋ ਆਪਣੇ ਕੋ ਜੋ 15 ਅਤੇ ਜੋ 3 ਹਨ ਉਹ ਕਿਹੜੇ ਪਹਾੜੇ ਵਿੱਚ ਇੱਕ ਪਹਾੜਾ ਆਪਾਂ ਪੜ੍ਹਨਾ ਹੁੰਦਾ ਹੈ 3 ਦੇ ਪਹਾੜੇ ਵਿੱਚ ਦੇਖੋ 15 ਤੇ 3 ਦੋਨੋਂ ਹੀ ਆ ਗਏ ਹਨ ਇਟ ਮੀਨ ਆਪਾਂ ਇਸ ਨੂੰ ਹੁਣ 3 ਦੇ ਪਹਾੜੇ ਵਿੱਚ ਕਰ ਦੇਣਾ ਹੈ 3 ਦੇ ਪਹਾੜੇ ਵਿੱਚ 1 ਤੇ 3 ਘਟਾਇਆ ਜਾਏਗਾ 3 1 3 ਤੇ 3 ਪੰਜੇ 15 ਤੇ ਹੁਣ ਦੇਖੋ ਆਪਣੇ ਕੋ ਹੋਰ ਕਟਿੰਗ ਨਹੀਂ ਹੋ ਰਹੀ ਹੈ ਉੱਪਰ ਆਪਣੇ ਕੋ ਨੰਬਰ ਬਚ ਗਏ ਹਨ 7 ਤੇ 5 ਇਹਨਾਂ ਨੂੰ ਆਪਸ ਵਿੱਚ ਗੁਣਾ ਕਰ ਦੇਣਾ ਹੈ ਜੀ ਗੁਣਾ ਕਰਕੇ ਦੇਖੋ ਕਿੰਨਾ ਆਏਗਾ ਆਪਣੇ ਕੋ 7 5 35 ਉੱਪਰ 35 ਆ ਜਾਏਗਾ نیچے 2 1 2 ਨੂੰ 1 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋ ਕਿੰਨਾ ਆ ਜਾਏਗਾ ਜੀ 2 1 2 ਬਟ ਘਟਾਓ ਦਾ ਸਾਈਨ ਵੀ نیچے ਹੈ ਤੇ ਆਪਾਂ ਇਸ ਤਰ੍ਹਾਂ نیچے ਘਟਾਓ ਦਾ ਸਾਈਨ ਪਾ ਲੈਣਾ ਹੈ ਤੇ ਇਸ ਤੋਂ ਆਪਣੇ ਕੋਲ ਇਸ ਦਾ ਆਨਸਰ ਆ ਗਿਆ ਹੈ ਜੀ ਤੇ ਜੇਕਰ ਤੁਸੀਂ ਮਾਈਨਸ ਨੂੰ ਨੀਚੋਂ ਤੋਂ ਉੱਪਰ ਲੈ ਜਾਣਾ ਹੈ ਤੇ ਉੱਪਰ ਵੀ ਲਿਆ ਸਕਦੇ ਹੋ ਉੱਪਰ ਮਾਈਨਸ 35 ਦੇ ਨਾਲ ਲੱਗ ਜਾਏਗਾ 35 ਦਾ ਘਟਾਓ बटा 2 ਤੇ ਇਸ ਨੂੰ ਆਪਣੇ ਕੋਲ ਕੀ ਆ ਗਿਆ ਹੈ ਗੁਣਾਤਮਕ ਉਲਟ ਜਾਂ ਇਸ ਦਾ ਰੈਸੀਪਰੋਕਲ ਆ ਗਿਆ ਹੈ ਜੀ ਤੇ ਹੋਪ ਹੈ ਤੁਹਾਨੂੰ ਅੱਛੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਤੇ ਆ ਹੁਣ ਆਪਾਂ ਅਗਲਾ ਕੁਐਸਚਨ ਸੋਲਵ ਕਰਦੇ ਹਾਂ ਜੀ ਇਸ ਨੂੰ ਨੈਕਸਟ ਪਾਰਟ ਆਪਣੇ ਕੋਲ ਇਸ ਤਰ੍ਹਾਂ ਹੈ ਇਸ ਦੇ ਵਿੱਚ ਵੀ ਦੋ ਨੰਬਰਸ ਆਪਾਂ ਨੂੰ ਦਿੱਤੇ ਹੋਏ ਹਨ ਗੁਣਾ ਪਾ ਕੇ ਜੀ ਪਹਿਲਾ ਹੈ ਘਟਾਓ ਦਾ 3/8 ਤੇ ਦੂਸਰਾ ਹੈ ਘਟਾਓ ਦਾ 12/9 ਤੇ ਹੁਣ ਦੇਖੋ ਉਸ ਨੂੰ ਆਪਣੇ ਕੋਲ ਦੋਨੋਂ ਹੀ ਨੰਬਰਾਂ ਦੇ ਵਿੱਚ ਘਟਾਓ ਹੈ ਇਹ ਦੇਖੋ ਘਟਾਓ ਹੈ ਵਿਚਕਾਰ ਗੁਣਾ ਦਾ ਸਾਈਨ ਹੈ ਤੇ ਘਟਾਓ ਨਾਲ ਘਟਾਓ ਨੂੰ ਆਪਾਂ ਕੱਟ ਦੇਣਾ ਹੈ ਪਹਿਲਾਂ ਹੀ ਤੇ ਹੁਣ ਦੇਖੋ ਗੁਣਾਤਮਕ ਉਲਟ ਕਿਸ ਤਰ੍ਹਾਂ ਪਤਾ ਕਰਨਾ ਹੈ ਤੇ ਦੇਖੋ ਇਹ 3/8 ਹੈ ਤੇ ਇਸ ਦਾ ਆ ਜਾਏਗਾ ਜੀ 8/3 ਵਿਚਕਾਰ ਗੁਣਾ ਦਾ ਸਾਈਨ ਦੇਖੋ ਵਿਚਕਾਰ ਗੁਣਾ ਦਾ ਸਾਈਨ ਹੈ ਉਸ ਨੂੰ ਇਦਾਂ ਪਾ ਦੇਣਾ ਹੈ ਆਪਾਂ ਤੇ ਇੱਧਰ ਆਪਣੇ ਕੋ ਹੈ ਜੀ 12/9 ਇਸ ਦਾ ਉਲਟ ਕਰਮ ਕਰਾਂਗੇ ਤੇ ਇਹ ਆ ਜਾਏਗਾ 9/12 ਤੇ ਹੁਣ ਦੇਖੋ ਸੇਮ ਉਸੇ ਤਰ੍ਹਾਂ ਇੱਕ ਸੈਂਟਰ 'ਚ ਲਾਈਨ ਲਾ ਲਈ ਉੱਪਰ ਵਾਲੇ ਨੰਬਰ ਆਪਾਂ ਉੱਪਰ ਲਿਖਦੇ ਨੀਚੇ ਵਾਲੇ ਨੰਬਰ ਆਪਾਂ نیچے ਲਿਖ ਦਿੰਦੇ ਤੇ ਹੁਣ ਸੁਣੋ ਦੇਖੋ ਆਪਣਾ ਕੋਈ ਜੇ ਕਟਿੰਗ ਹੁੰਦੀ ਹੈ ਤਾਂ ਆਪਾਂ ਕਟਿੰਗ ਕਰ ਦੇਣੀ ਹੈ ਜੀ ਤੇ ਪਹਿਲਾਂ ਦੇਖੋ ਤਿੰਨ ਦਾ ਪਹਾੜਾ ਪੜਦੇ ਹਾਂ ਤਿੰਨ ਦਾ ਪਹਾੜਾ ਤੁਸੀਂ ਇੱਕ ਸਾਈਡ ਤੇ ਲਿਖ ਲੈਣਾ ਹੈ ਤੇ ਦੇਖੋ ਤਿੰਨ ਦੇ ਪਹਾੜੇ ਵਿੱਚ ਉੱਪਰ نیچے ਕਟਿੰਗ ਹੋ ਰਹੀ ਹੈ 3 1 3 3 ਤੇ 9 ਤੇ ਹੁਣ ਸੁਣੋ ਦੇਖੋ 8 ਤੇ 12 ਇਹ ਵੀ ਕਿਸ ਇੱਕ ਪਹਾੜੇ ਤੇ ਆਉਂਦੇ ਹਨ ਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ 4 ਦਾ ਪਹਾੜਾ ਹੈ ਧਿਆਨ ਨਾਲ ਦੇਖੋ 4 1 4 4 2 8 4 ਤੇ 12 ਇਹ ਦੇਖੋ 8 ਤੇ 12 ਕਿਹਦੇ ਪਹਾੜੇ ਚ ਆ ਗਏ 4 ਦੇ ਪਹਾੜੇ ਤੇ ਤੇ ਕਿੱਥੇ ਕੱਟੇ ਜਾਣੇ ਹਨ ਜੋ 8 ਹੈ ਉਹ 2 ਤੇ ਕੱਟਿਆ ਜਾਏਗਾ 4 ਦੇ ਨਾਲ ਤੇ ਜੋ 12 ਹੈ ਉਹ 3 ਤੇ ਕੱਟਿਆ ਜਾਏਗਾ ਦੇਖੋ 4 ਦਾ ਪਹਾੜਾ ਪੜਦੇ ਹਾਂ 4 2 8 4 3 12 ਤੇ ਹੁਣ ਦੇਖੋ ਉੱਪਰ ਆਪਣੇ ਕੋਲ ਕੀ ਬਚ ਗਿਆ 2 ਅਤੇ 3 ਬਚ ਗਿਆ ਇਸ ਨੂੰ ਲੱਗ ਤੋਂ ਇਦਾਂ ਲਿਖ ਲੈਣੇ ਆਪਾਂ ਦੇਖੋ ਉੱਪਰ 2 ਤੇ 3 ਬਚ ਗਿਆ نیچے 1 ਅਤੇ 3 ਬਚ ਗਿਆ एक गुणा तीन तो देखो गुणा करके हम वाले नंबर उपर गुणा कर देना है नीचे वाले नंबर नीचे गुणा कर देना है दोनों ना करा दो तीन छे नीचे तीन कम तीन तो ये देखो ध्यान इतने एक होर कटिंग भी कर सकते हाँ इसको अपना थोड़ा जा देखो तीन दाल फिर तीन कटा हैगा तीन एकम तीन तीन एकम तीन देखो तीन के पहाड़े बच्चे कटिया गया उपर की बच गया दो देखो कि आ गया अपने को दो एकम दो नीचे एक तो एक बच गया एक गुणा एक मतलब नीचे एक आ गया दो बटा एक मतलब अपने को दो ही आंसर आ गया जी क्योंकि बटे विच एक लिखा होटा सकते हाँ तो इस टूट अपने को आ गया इसका गुणात्मक उल्ट रेसीपोक आ गया है जी लास्ट आंसर अपने को दो आ गया है जी तो आज आप इसका नैक्सट पार्ट सॉल्व करते हैं जी सो नैक्सट पार्ट अपने इस तरह है जी इस भी दो नंबर हैं एक अपने को घटाओ अठ है तो दूसरा नंबर है पाँच बटा छे ਤੇ ਹੁਣ ਦੇਖੋ ਕੱਲਾ 8 ਲਿਖਿਆ ਤੇ ਜਿਸ ਤਰ੍ਹਾਂ ਸਭ ਤੋਂ ਪਹਿਲਾ ਕੁਐਸਚਨ ਸੀਗਾ ਘਟਾਓ ਦਾ 2 ਉਸ ਦੇ نیچے ਆਪਾਂ 1 ਲਿਖਤਾ ਸੀ ਇਸੇ ਤਰ੍ਹਾਂ ਇਸ ਨੂੰ ਵੀ ਭਟਿਆਂ ਵਿੱਚ ਲਿਖ ਲੈਣਾ ਹੈ ਘਟਾਓ 8 ਨੂੰ ਘਟਾਓ 8/1 ਲਿਖ ਲੈਣਾ ਹੈ ਤੇ ਹੁਣ ਇੰਗਲਿਸ਼ ਵਾਲੇ ਬੱਚਿਆਂ ਨੂੰ ਲਿਖਣਾ ਹੈ ਰੈਸੀਪਰੋਕਲ ਪੰਜਾਬੀ ਵਾਲੇ ਬੱਚਿਆਂ ਨੂੰ ਲਿਖਣਾ ਹੈ ਗੁਣਾਤਮਕ ਉਲਟ ਤੇ ਬਰਾਬਰ ਦਾ ਸਾਈਨ ਪਾ ਕੇ ਪਹਿਲੇ ਨੰਬਰ ਨੂੰ ਉਲਟਾ ਕਰਾਂਗੇ ਤੇ ਦੇਖੋ ਕੀ ਆਏਗਾ ਤੇ ਇੱਕ ਉੱਪਰ ਚਲ ਜਾਏਗਾ ਘਟਾਓ ਦਾ 8 ਥੱਲੇ ਆ ਜਾਏਗਾ ਇਸੇ ਤਰ੍ਹਾਂ ਦੂਸਰਾ ਨੰਬਰ ਵੀ ਦੇਖੋ ਆਪਣੇ ਕੋ 5/6 ਹੈ ਤੇ ਇਸ ਨੂੰ ਉਲਟਾ ਕਰਾਂਗੇ ਤੇ 6 ਉੱਪਰ ਚਲ ਜਾਏਗਾ 5 نیچے ਆ ਜਾਏਗਾ ਤੇ ਹੁਣ ਦੇਖੋ ਆਪਾਂ ਇਸ ਨੂੰ ਕਿਸ ਤਰ੍ਹਾਂ ਲਿਖਣਾ ਹੈ ਜੀ ਉੱਪਰ ਆ ਗਿਆ ਹੈ ਆਪਣੇ ਕੋ 1 6 نیچے ਆ ਗਿਆ ਹੈ 8 5 ਤੇ ਹੁਣ ਆਪਾਂ ਦੇਖਣਾ ਹੈ ਕਿ ਕੋਈ ਉੱਪਰ ਤੇ نیچے ਕੋਈ ਨੰਬਰ ਹੈ ਜੋ ਕਿ 1 ਕੀ ਪਹਾੜੇ ਵਿੱਚ ਆਉਂਦੇ ਹਨ ਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਜੋ 6 ਤੇ 8 ਹੈ ਉਹ 2 ਦੇ ਪਹਾੜੇ ਵਿੱਚ ਆ ਜਾਏਗਾ ਜੀ ਦੇਖੋ 2 1 2 2 2 4 2 2 ਦਾ 4 2 3 6 ਤੇ 2 4 8 2 ਦੇ پہاڑے ਵਿੱਚ ਦੇਖੋ 6 ਵੀ ਆ ਗਿਆ 8 ਵੀ ਆ ਗਿਆ پہاੜਾ ਕਿਹੜਾ ਪੜਿਆ ਆਪਾਂ 2 ਦਾ 2 ਦੇ پہاڑے ਵਿੱਚ 6 ਕਿੱਥੇ ਕੱਟਿਆ ਜਾਏਗਾ 3 ਤੇ ਤੇ 8 ਕਿੱਥੇ ਕੱਟਿਆ ਜਾਏਗਾ 4 ਤੇ 2 ਦਾ پہاੜਾ ਪੜਾਂਗੇ 2 3 6 2 4 8 ਤੇ ਹੁਣ ਦੇਖੋ ਉੱਪਰ ਕੀ ਬਚ ਗਿਆ 1 3 ਦੇਖੋ 1 ਤੇ 3 ਬਚ ਗਿਆ نیچے ਬਚ ਗਿਆ ਘਟਾਓ ਦਾ 4 ਤੇ 5 ਤੇ ਹੁਣ ਇਸ ਦੀ ਹੋਰ ਆਪਣੇ ਕੋਈ ਕਟਿੰਗ ਨਹੀਂ ਹੋ ਰਹੀ ਹੈ ਤੇ ਆਪਾਂ ਉੱਪਰ ਵਾਲੇ ਨੰਬਰ ਨੂੰ ਉੱਪਰ ਗੁਣਾ ਕਰ ਦੇਣਾ ਹੈ نیچے ਵਾਲੇ ਨੰਬਰ ਨੂੰ نیچے ਗੁਣਾ ਕਰ ਦੇਣਾ ਹੈ ਤੇ ਉੱਪਰ ਦੇਖੋ 3 1 3 ਆ ਜਾਏਗਾ نیچے 5 4 20 ਆ ਜਾਏਗਾ ਤੇ ਘਟਾਓ ਹੈ ਸਾਈਨ ਨਾਲ ਤੇ ਇੱਕ ਘਟਾਓ ਦਾ 20 ਆ ਗਿਆ ਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਜੋ ਘਟਾਓ ਹੈ ਉਸ ਨੂੰ ਚੱਕ ਕੇ ਆਪਾਂ ਉੱਪਰ ਵੀ ਲਗਾ ਸਕਦੇ ਹਾਂ ਉੱਪਰ 3 ਦੇ ਨਾਲ ਘਟਾਓ ਲੱਗ ਜਾਏਗਾ نیچے 20 ਆ ਜਾਏਗਾ ਤੇ ਇਸ ਤਰ੍ਹਾਂ ਆਪਣੇ ਕੋਈਸਤਾ ਕੀਤਾ ਜਾਏਗਾ ਜੀ ਆਨਸਰ ਆ ਜਾਏਗਾ ਜੀ ਤੇ ਆਓ ਹੁਣ ਆਪਾਂ ਇਸ ਦਾ ਨੈਕਸਟ ਪਾਰਟ ਸੋਲਵ ਕਰਦੇ ਹਾਂ ਜੀ ਤੇ ਆਹ ਹੁਣ ਇਸ ਨੂੰ ਇਸ ਦਾ ਲਾਸਟ ਪਾਰਟ ਸੋਲਵ ਕਰਦੇ ਹਾਂ ਜੀ 3 ਗੁਣਾ ਘਟਾਓ ਦਾ 7/9 ਤੇ ਫਿਰ ਉਸੇ ਤਰ੍ਹਾਂ 3 ਇਕੱਲਾ ਹੀ ਹੈ ਤੇ ਆਪਾਂ ਇਸ ਨੂੰ 3/1 ਲਿਖ ਲੈਣਾ ਹੈ ਤੇ ਹੁਣ ਪੰਜਾਬੀ ਵਾਲੇ ਬੱਚਿਆਂ ਨੇ ਲਿਖਣਾ ਹੈ ਗੁਣਾਤਮਕ ਉਲਟ ਤੇ ਇੰਗਲਿਸ਼ ਵਾਲੇ ਬੱਚਿਆਂ ਨੇ ਰੈਸੀਪਲੋਕਰ ਲਿਖ ਕੇ ਬਰਾਬਰ ਪਾ ਕੇ ਤੇ 3 ਦਾ 1 3/1 ਨੂੰ ਲਿਖ ਦੇਣਾ ਹੈ ਉਲਟਾ ਕੇ 1/3 ਵਿਚਕਾਰ ਗੁਣਾ ਦਾ ਸਾਈਨ ਇੱਦਾਂ ਹੀ ਪਾ ਦੇਣਾ ਹੈ ਤੇ ਇਸ ਨੂੰ ਲਿਖ ਦੇਣਾ ਹੈ 9 ਉੱਪਰ ਚਲ ਜਾਏਗਾ ਤੇ ਘਟਾਓ ਦਾ 7 نیچے ਆ ਜਾਏਗਾ ਤੇ ਹੁਣ ਦੇਖੋ ਇਸ ਨੂੰ ਲਿਖਣਾ ਹੈ ਕਿਸ ਤਰ੍ਹਾਂ ਆਪਾਂ ਕਰਨਾ ਹੈ ਵੱਡੀ ਲਾਈਨ ਪਾ ਕੇ ਉੱਪਰ ਵਾਲੇ ਨੰਬਰ ਉੱਪਰ ਲਿਖ ਦੇਣੇ ਹਨ ਤੇ ਜੋ نیچے ਵਾਲੇ ਨੰਬਰ ਹਨ ਉਹ نیچے ਲਿਖ ਦੇਣਾ ਹੈ ਨਾ ਘਟਾਓ ਦਾ 7 ਹੈ ਘਟਾਓ ਦੇ ਸਾਈਨ ਨੂੰ ਆਪਾਂ ਅੱਗੇ ਲਿਖ ਲੈਣਾ ਹੈ ਜੀ ਜੇਕਰ ਇਸ ਤਰ੍ਹਾਂ ਘਟਾਓ ਹੋਵੇ ਤੇ ਘਟਾਓ ਦਾ ਸਾਈਨ ਆਪਾਂ ਅੱਗੇ ਲਿਖ ਲੈਣਾ ਹੁੰਦਾ ਹੈ ਹੁਣ ਦੇਖੋ 3 ਦੇ ਪਹਾੜੇ ਵਿੱਚ 3 ਤੇ 9 ਕੱਟਿਆ ਜਾਏਗਾ ਦੇਖੋ ਕਿਸ ਤਰ੍ਹਾਂ 3 1 3 3 2 6 3 3 9 देखो 9 ਤੇ 3 ਇਹ 9 ਹੈ ਇਹ 3 ਹੈ ਇੱਕੀ ਪਹਾੜੇ ਵਿੱਚ ਆ ਰਹੇ ਹਨ 3 ਦੇ ਪਹਾੜੇ ਵਿੱਚ 3 ਕਿੱਥੇ ਕੱਟਿਆ ਜਾਏਗਾ 1 ਤੇ ਤੇ 9 ਕਿੱਥੇ ਕੱਟਿਆ ਜਾਏਗਾ 3 ਤੇ ਤੇ ਦੇਖੋ 3 1 3 3 3 9 ਹੁਣ ਉੱਪਰ ਕੀ ਬਚ ਗਿਆ 3 ਤੇ 1 ਤੇ ਉੱਪਰ ਆਪਾਂ ਇਸ ਤਰ੍ਹਾਂ ਲਿਖਣਾ ਹੈ 1 3 नीचे की बच गया है 1/7 लेकिन एक दे नाल साइन कट लगेगा घटाओ ਦਾ घटाओ ਦਾ 1/7 ਤੇ ਉੱਪਰ ਗੁਣਾ ਕਰਾਂਗੇ 3*1=3 نیچے 7*1=7 ਘਟਾਓ ਦਾ 7 ਤੇ ਘਟਾਓ ਦੇ 7 ਨੂੰ ਤੁਸੀਂ ਉੱਪਰ ਵੀ ਲਿਖ ਸਕਦੇ ਹੋ ਤੇ ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ 3 ਘਟਾਓ ਦਾ نیچے 7 ਕਿਉਂਕਿ ਘਟਾਓ ਦਾ ਸਾਈਨ نیچے ਹੋਵੇ ਚਾਹੇ ਉੱਪਰ ਹੋਵੇ ਇਸ ਦਾ ਕੋਈ ਆਪਣੇ ਕੋ ਮਾਰਕਸ ਨਹੀਂ ਕਟਿਆ ਜਾਂਦਾ ਹੈ ਤੇ ਇਸ ਲਈ ਘਟਾਓ ਦਾ ਜੇਕਰ نیچے ਨੰਬਰ ਹੈ ਤਾਂ ਘਟਾਓ ਵਾਲੀ ਸਾਈਨ ਨੂੰ ਤੁਸੀਂ ਉੱਪਰ ਵੀ ਲਿਖ ਸਕਦੇ ਹੋ ਜੀ ਹੋਪਸ ਨੂੰ ਤੁਹਾਨੂੰ ਸਾਰੇ ਹੀ ਜੋ ਕੁਐਸਚਨ ਕਰਵਾਏ ਹਨ ਉਹ اچھی طرح ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਯੂਪਸ ਕਰ ਦੇਣਾ ਧੰਨਵਾਦ